नमस्कार ਚਮਕਦੇ ਸਤਾਰੇ ਪ੍ਰੋਗਰਾਮ ਤੁਹਾਡਾ ਸਵਾਗਤ ਹੈ। ਮੈਂ ਹਾਂ ਦਵਿੰਦਰ ਵਰਮਾ। ਡੇਟ ਆਫ ਬਰਥ ਤੇ ਟਾਈਮ ਤੁਰੰਤ ਤੁਹਾਡੀ ਸਮੱਸਿਆ ਦਾ ਹੱਲ। ਜਦੋਂ ਕਿਸੇ ਦੀ ਫੋਨ ਕਾਲ ਲੱਗਦੀ ਟੀਵੀ ਦੀ ਵੋਲਿਊਮ ਘੱਟ ਰੱਖਣੀ। ਠੀਕ ਹੈ ਜੀ। ਹੈਲੋ, ਹਾਂਜੀ ਵੀਰ ਜੀ, ਡੇਟ ਆਫ ਟਾਈਮ ਦੱਸੋ ਜੀ। 13/3/1988 ਜੀ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਅਸੀਂ ਰਾਜਪੁਰਾ ਪਟਿਆਲੇ ਤੋਂ ਬੋਲ ਰਹੇ ਹਾਂ ਜੀ। ਜਨਮ ਦਾ ਟਾਈਮ? ਸ਼ਾਮ ਦੇ 6:45 ਵਜੇ ਜੀ। ਕੀ ਪੁੱਛਣਾ ਚਾਹੁੰਦੇ ਹੋ? ਬੇਟੀ ਸ਼ਾਦੀ ਬਾਰੇ ਪੁੱਛ ਰਹੇ ਜੀ। 7:45 ਸ਼ਾਮ ਦੇ? ਹਾਂਜੀ। ਕਿਹੜੀ ਜਗ੍ਹਾ? ਅੱਛਾ ਜੀ, ਕੀ ਸ਼ਾਦੀ ਦਾ ਪੁੱਛਣਾ ਚਾਹੁੰਦੇ ਹੋ? ਹਾਂਜੀ, ਸ਼ਾਦੀ ਨਾਲ ਨੌਕਰੀ ਬਣੀ ਜੀ। ਟੇਵਾ ਮਿਲ ਕੇ ਸ਼ਾਦੀ ਕਰਨੀ ਆ ਜੀ। ਅੱਛਾ ਜੀ। ਬੱਚਾ ਤੁਹਾਡਾ ਮੰਗਲੀਕ ਹੈਗਾ ਹੈ। ਅੱਛਾ ਜੀ। ਦੂਜੇ ਨੰਬਰ ਤੇ ਰਹਿ ਗਈ ਹੁਣ ਸ਼ਾਦੀ ਦੀ ਤੇ ਨੌਕਰੀ ਦੀ ਗੱਲ। ਅੱਛਾ ਜੀ। ਸ਼ਾਦੀ ਦਾ ਯੋਗ ਜਿਹੜਾ ਹੈ, ਅੱਛਾ ਜੀ, ਇਹ ਨਿਕਲ ਚੁੱਕਿਆ। ਅੱਛਾ ਜੀ। ਜੇ ਹੁਣ ਆਪਾਂ ਅੱਗੇ ਦੇਖੀਏ ਤੇ ਸ਼ਾਦੀ ਹਲੇ ਥੋੜੀ ਲੇਟ ਹੈ। ਅੱਛਾ ਜੀ। ਲੇਕਿਨ ਜ਼ਿਆਦਾ ਤੌਰ ਤੇ ਜੇ ਤੁਸੀਂ ਕਰਨੀ ਚਾਹੋ, ਇੱਕ ਤਾਂ ਪਹਿਲੇ ਨੰਬਰ ਤੇ ਇਹ ਹੈ ਕਿ ਨੌਕਰੀ ਦਾ ਯੋਗ ਜ਼ਿਆਦਾ ਹੈ। ਅੱਛਾ ਜੀ। ਅਗਰ ਤੁਸੀਂ ਨੌਕਰੀ ਟਰਾਈ ਕਰਕੇ ਸ਼ਾਦੀ ਕਰਦੇ ਠੀਕ ਹੈ। ਵੈਸੇ ਸ਼ਾਦੀ ਦਾ ਯੋਗ ਬੰਦਾ ਜ਼ਿਆਦਾ ਤੌਰ ਤੇ ਜਾਂ ਤਾਂ ਬਹੁਤ ਦੂਰ ਦਾ ਤੇ ਜਾਂ ਫੋਰਨ ਦਾ। ਅੱਛਾ ਜੀ। ਯਾਨੀ ਕਿ ਨੇੜੇ ਤੇੜੇ ਦਾ ਯੋਗ ਨਹੀਂ ਬਣਦਾ। ਕਾਲੇ ਮਾਂ ਗੁਰਦੁਆਰੇ ਦਾਨ ਦੇਣੇ। ਠੀਕ ਹੈ ਜੀ। ਠੀਕ ਹੈ ਜੀ। ਸੱਤ ਬਦਾਮ ਗਿੱਲਾ ਨਾਰੀਅਲ ਇੱਕ ਵਾਰੀ ਜਲ ਪ੍ਰਵਾਹ ਕਰਨਾ, ਤੰਦੂਰ ਘਰ ਚ ਨਹੀਂ ਰੱਖਣਾ, ਨਾ ਵਿਆਹ ਸ਼ਾਦੀ ਵੇਲੇ ਲਗਾਉਣਾ। ਅੱਛਾ ਜੀ। ਇੱਕ ਬਗੈਰ ਸੋਚੇ ਬੱਚਾ ਕੰਮ ਕਰਿਆ ਕਰੇ, ਕਿਤੇ ਕੋਈ ਪੇਪਰ ਦੇਣਾ ਜਾਂ ਕੁਛ ਕਰਨਾ, ਕਿਤੇ ਇੰਟਰਵਿਊ ਦੇਣ ਜਾਣਾ ਹੈ, ਠੀਕ ਹੈ ਜੀ, ਬਗੈਰ ਸੋਚੇ ਕਰੇ ਤੇ ਪਾਸ ਹੋ ਜਾਊਗੀ ਕਿਉਂਕਿ ਯੋਗ ਇਹਦਾ ਬਣਦਾ ਪਿਆ। ਠੀਕ ਹੈ ਜੀ। ਤੇ ਰਹਿ ਗਈ ਹੁਣ ਵਿਆਹ ਦੀ ਗੱਲ, ਇਹਦੇ ਵਾਸਤੇ ਇੱਕ ਵਾਰੀ ਆਹ ਸਾਲ ਕੱਢ ਲਓ, ਅੱਠਵਾਂ ਦਸਵਾਂ ਮਹੀਨਾ, ਉਸ ਤੋਂ ਬਾਅਦ ਆਪਾਂ ਇਹ ਕਰਕੇ ਵਿਆਹ ਦਾ ਯੋਗ ਜਲਦੀ ਬਣ ਜੂਗਾ, ਨਹੀਂ ਤਾਂ 2019 ਚ ਬਣੂਗਾ। ਜੈ ਸ਼੍ਰੀ ਰਾਮ। ਹੈਲੋ, 15 ਜਨਵਰੀ ਜੀ। ਹੈਲੋ, ਹਾਂਜੀ, ਜਨਮ ਦਾ ਟਾਈਮ? 1989 15 ਜਨਵਰੀ 15। ਜਨਮ ਦਾ ਟਾਈਮ ਪੁੱਛਿਆ? 4 ਵਜੇ ਦਾ ਜਨਮ ਜੀ। ਸਵੇਰ ਦਾ ਕਿ ਸ਼ਾਮ ਦਾ? ਹਾਂਜੀ, ਸੁਬਹੇ ਕੇ। ਹਾਂਜੀ, ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਕੀ ਪੁੱਛਣਾ ਹੈ? ਲੜਕੇ ਕੇ ਬਾਰੇ ਮੈਂ ਪੁੱਛੂਗੀ, ਨੌਕਰੀ ਮਿਲ ਆ ਗਈ ਕਿ ਨਹੀਂ, ਆਪ ਬਹੁਤ ਘਰ ਕੇ ਵਿਅਕਤੀ ਮਿਹਨਤੀ ਹੈ, ਲੇਕਿਨ ਆਪਕੇ ਪਾਸ ਪੈਸਾ ਨਹੀਂ ਜੁੜਤਾ। ਦੂਸਰੇ ਨੰਬਰ ਪੇ ਇਸਕੇ ਕਾਮ ਜ਼ਿਆਦਾ ਵਿਗੜਤੇ, ਯਾ ਦੂਸਰੋ ਕੇ ਕਾਮ ਜ਼ਿਆਦਾ ਕਰਤਾ ਹੈ, ਘਰ ਵਾਲੋ ਕੀ ਬਾਤ ਕਮ ਮਾਨਤਾ ਹੈ, ਹਰ ਮਹੀਨੇ ਕਿਸੀ ਗਰੀਬ ਕੋ ਖਾਣਾ ਖਿਲਾਨਾ, ਕਿਸੀ ਕੋ ਪੈਸਾ ਨਹੀਂ ਦੇਣਾ ਨੌਕਰੀ ਕੇ ਲੀਏ, ਹਰ ਮਹੀਨੇ ਕਿਸੀ ਗਰੀਬ ਕੋ ਖਾਣਾ ਖਿਲਾਨਾ, ਸਰ ਢੱਕ ਕੇ ਰੱਖਣਾ ਧੂਪ ਮੇ, ਕਿਸੀ ਕੋ ਪੈਸਾ ਨਹੀਂ ਦੇਣਾ, ਹਰੀ ਮੂੰਗੀ ਧਾਰਮਿਕ ਸਥਾਨ ਪੇ ਇੱਕ ਦੋ ਵਾਰ ਮਹੀਨੇ ਕੇ ਬਾਅਦ ਦਾਨ ਦੋ, ਕੋਈ ਇਸਕਾ ਨੌਕਰੀ ਕਾ ਬਣ ਜਾਏਗਾ, ਲੇਕਿਨ ਬਣੇਗਾ ਮੁਸ਼ਕਿਲ, ਇਸਕੇ ਪਿੱਛੇ ਆਪਕੋ ਦੌੜਨਾ ਪੜੇਗਾ ਜ਼ਿਆਦਾ। ਜੈ ਸ਼੍ਰੀ ਰਾਮ। ਹੈਲੋ, ਹਾਂਜੀ, ਡੇਟ ਆਫ ਟਾਈਮ ਦੱਸੋ ਜੀ। ਨਵੰਬਰ ਤੇ ਜੀ। ਹਾਂਜੀ ਹਾਂਜੀ, ਨਵੰਬਰ ਤੇ। ਡੇਟ ਆਫ ਟਾਈਮ ਦੱਸੋ ਜੀ। 31/7 ਜੀ 1997। ਹਾਂਜੀ। ਜਨਮ ਦਾ ਟਾਈਮ? ਜੀ 9:14 9:24 ਜੀ। ਸਵੇਰ ਦਾ ਜੀ? ਰਾਤ ਦਾ ਜੀ। ਅੱਛਾ ਜੀ, ਕੀ ਪੁੱਛਣਾ ਚਾਹੁੰਦੇ ਹੋ? ਮੁੰਡੇ ਬਾਹਰਲਾ ਪੁੱਛਣਾ ਜੀ, ਬਾਹਰਲਾ ਬੋਲੋ ਇਹਦਾ। ਰਾਤ ਦੇ 9:24। ਹਾਂਜੀ। ਹਾਂਜੀ, ਪੁੱਛ, ਟੀਵੀ ਤੋਂ ਦੂਰ ਹੋ ਜਾਓ। ਹਾਂਜੀ, ਪੁੱਛਣਾ ਕੀ ਹੈ ਜੀ? ਬਾਹਰਲਾ ਪੁੱਛਣਾ ਜੀ, ਮੁੰਡੇ ਦਾ ਬਾਹਰਲਾ ਬੋਲੋ। ਇੱਕ ਤਾਂ ਕੋਈ ਸੁਖਣਾ ਨੀ ਸੁਖਣੀ, ਤੇ ਦੂਜੇ ਨੰਬਰ ਤੇ ਬਾਹ ਦਾ ਯੋਗ ਬਣ ਸਕਦਾ ਹੈ। ਮਾਤਾ ਪਿਤਾ ਦੇ ਪੈਰੀ ਹੱਥ ਲਾਣੇ, ਚਾਵਲ ਧਾਰਮਿਕ ਸਥਾਨ ਤੇ ਇੱਕ ਵਾਰੀ ਸੋਮਵਾਰ ਨੂੰ ਦਾਨ ਦੇਣੇ, ਰੋਟੀ ਜ਼ਿਆਦਾ ਜਿੱਥੇ ਬਣਦੀ ਉੱਥੇ ਬੈਠ ਕੇ ਖਾਣੀ, ਤੇ ਕੋਈ ਯੋਗ ਬਣਾਓ ਜਿੱਦਾਂ ਬੱਚਾ ਆਪਦੇ ਸਿਰ ਤੇ ਜਾਵੇ। ਇਹਨੂੰ ਨਾ ਥੋੜਾ ਜਿਹਾ ਇੱਕ ਤਾਂ ਇਹ ਕੋਈ ਗੱਲ ਜੇ ਕਿਸੇ ਨੂੰ ਕਹਿਣੀ ਹੁੰਦੀ ਹੈ ਨਾ, ਇਹ ਮੌਕਾ ਦੇਖ ਕੇ ਗੱਲ ਨਹੀਂ ਕਰਦਾ, ਇੱਕ ਇਹਨੂੰ ਚੰਗੇ ਮਾੜੇ ਬੰਦੇ ਦੀ ਪਹਿਚਾਣ ਘੱਟ ਗਈ ਹੈ, ਤੇ ਕਿਸੇ ਏਜੰਟ ਦੇ ਥਰੂ ਕੰਮ ਨਹੀਂ ਕਰਾਣਾ, ਆਪਦੇ ਥਰੂ ਗੱਲ ਬਣਾਓ, ਬਣ ਜਾਊਗੀ। ਜੈ ਸ਼੍ਰੀ ਰਾਮ। ਹੈਲੋ,
हेलो डेट ऑफ टाइम दसो जी 1989 जी डेट ऑफ टाइम 1989 जी 1989 महीना केड़ा जी महीना जी अगस्त दा 22 अगस्त 22 अगस्त 27 अगस्त 27 जन्म दा टाइम ਜਿਹਨਾਂ ਦਾ ਟਾਈਮ ਹੈਗਾ ਸ਼ਾਮ ਨੂੰ 5 ਵਜੇ ਜੀ ਟੀਵੀ ਤੋਂ ਮਾੜਾ ਜਿਹਾ ਦੂਰ ਹੋ ਜਾਓ ਹਾਂਜੀ ਦੂਰ ਹੈ ਜੀ ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਭਾਈ ਜੀ ਮੈਂ ਕੰਮ ਵਾਸਤੇ ਪੁੱਛਣਾ ਚਾਹੁੰਦਾ ਆਪਣੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਮੈਂ ਲੁਧਿਆਣੇ ਤੋਂ ਬੋਲਦਾ ਮੈਂ ਕੀ ਕੰਮ ਕਰਦੇ ਹੋ ਮੈਂ ਜੀ ਬੈਗ ਦਾ ਕੰਮ ਕਰਦਾ ਸਿਲਾਈ ਦਾ ਸਿਲਾਈ ਦਾ ਬੈਗ ਬਣਾਉਂਦੇ ਹੋ ਕਿਹੜੇ ਬੈਗ ਬਣਾਉਂਦੇ ਹੋ ਜੀ ਸਕੂਲ ਬੈਗ ਜਿੱਦਾਂ ਟਰੈਵਲਿੰਗ ਬੈਗ ਹਰ ਚੀਜ਼ ਦੇ ਅੱਛਾ ਜੀ ਤੁਸੀਂ ਕੰਮ ਆਪਦਾ ਕਰਦੇ ਹੋ ਕਿ ਕਿਸੇ ਕੋਲੇ ਕਰਦੇ ਹੋ ਨਹੀਂ ਕਿਸੇ ਕੋਲ ਕਰਦੇ ਹਾਂ ਆਪਦਾ ਕੰਮ ਕਰਨ ਦੀ ਕੋਸ਼ਿਸ਼ ਕਰੋ ਅੱਛਾ ਜੀ ਕੰਮ ਚੱਲ ਪਊਗਾ ਠੀਕ ਹੈ ਜੀ ਅਗਰ ਤੁਸੀਂ ਵੈਸੇ ਤਾਂ ਤੁਸੀਂ ਸ਼ਹਿਰ ਬਦਲਣ ਨੂੰ ਵੀ ਫਿਰਦੇ ਹੋ ਹਾਂਜੀ ਲੇਕਿਨ ਤੁਸੀਂ ਕੰਮ ਨੂੰ ਵਧਾਓ ਆਪਦਾ ਕੰਮ ਕਰੋ ਕੰਮ ਚੱਲ ਪਊਗਾ ਸ਼ਹਿਰ ਨਾ ਬਦਲੋ ਅੱਛਾ ਜੀ ਦੂਜੇ ਨੰਬਰ ਤੇ ਕਾਲੇ ਮਾਂ ਗੁਰਦੁਆਰੇ ਦਾਨ ਦੇ ਨੇ ਠੀਕ ਹੈ ਤੇ ਆਪਦਾ ਕੰਮ ਬਾਬੇ ਦਾ ਨਾਮ ਲੈ ਕੇ ਸ਼ੁਰੂ ਕਰ ਦਿਓ ਕੰਮ ਚੱਲ ਪੈਣਾ ਕਦੇ ਕਦੇ ਕਾਂ ਨੂੰ ਰੋਟੀ ਪਾਣੀ ਤੇ ਕਦੇ ਕਦੇ ਨਾਨ ਤੋਂ ਪਹਿਲੇ ਨਾਨ ਤੋਂ ਬਾਅਦ ਸਰੋਂ ਦਾ ਤੇਲ ਮਲਣਾ ਸਿੰਪਲ ਜੇ ਉਪਾਅ ਹੈਗੇ ਆ ਜੇ ਤੁਸੀਂ ਆਪਦਾ ਕੰਮ ਕਰੋਗੇ ਤੁਹਾਨੂੰ ਫਾਇਦੇ ਜ਼ਿਆਦਾ ਹੋਗੇ ਜੈ ਸ਼੍ਰੀ ਰਾਮ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਮੇਰੀ ਡੇਟ ਆਫ ਬਰਥ 1990 ਤੇ ਜਨਮ ਦਾ ਟਾਈਮ ਜੀ ਜਨਮ ਦਾ ਟਾਈਮ ਨਹੀਂ ਪਤਾ ਜੀ ਹਜੇ ਮਹੀਨਾ ਕਿਹੜਾ ਜੀ ਹਾਂਜੀ ਮਹੀਨਾ ਫਰਵਰੀ 21 ਫਰਵਰੀ 21 ਫਰਵਰੀ ਕੀ ਕਰਦੇ ਹੋ ਜੀ ਸਰ ਮੈਂ ਨੌਕਰੀ ਕਰਦਾ ਜੀ ਬੈਂਕ 'ਚ ਅੱਛਾ ਜੀ ਹਾਂ ਥੋੜੀ ਟਕਾਈ ਵੀ ਨਹੀਂ ਆਉਂਦੀ ਕੀ ਨਹੀਂ ਆਉਂਦੀ ਥੋੜੀ ਜਿਹੀ ਟਕਾਈ ਵੀ ਨਹੀਂ ਹੈਗੀ ਸਰ ਸੰਤੁਸ਼ਟੀ ਵੀ ਨਹੀਂ ਹੈਗੀ ਪਤਾ ਕਿਉਂ ਨਹੀਂ ਸੰਤੁਸ਼ਟੀ ਪਹਿਲੇ ਨੰਬਰ ਤੇ ਇਹ ਹੈ ਕਿ ਤੁਸੀਂ ਕਾਲੇ ਬੜੇ ਪੈ ਜਾਂਦੇ ਹੋ ਹਾਂਜੀ ਇੱਕ ਕੰਮ ਕਰਨ ਤੋਂ ਬਾਅਦ ਪਛਤਾਉਂਦੇ ਹੋ ਜੀ ਦੂਜੇ ਨੰਬਰ ਤੇ ਤੁਸੀਂ ਲੋਕਾਂ ਦੇ ਕੰਮ 'ਚ ਜ਼ਿਆਦਾ ਭੱਜਦੇ ਹੋ ਜੀ ਹਰ ਮਹੀਨੇ ਕਿਸੇ ਗਰੀਬ ਨੂੰ ਰੋਟੀ ਖਵਾਣੀ ਠੀਕ ਹੈ ਜੀ ਖਾਣਾ ਨੀਚੇ ਬੈਠ ਕੇ ਖਾਣਾ ਘਰ ਦੇ ਬਾਹਰ ਝਾੜੂ ਲਗਾਉਣਾ ਸਿਰ ਢੱਕ ਕੇ ਰੱਖਣਾ ਠੀਕ ਹੈ ਜੀ ਚਾਵਲ ਗੁਰਦੁਆਰੇ ਦਾਨ ਦੇਣੇ 1 ਵਾਰੀ ਠੀਕ ਹੈ ਜੀ ਛੋਟੇ ਛੋਟੇ ਉਪਾਏ ਕਰੋ ਸੋਮਵਾਰ ਨੂੰ ਚਾਵਲ ਦਾਨ ਦੇਣੇ ਠੀਕ ਹੈ ਜੀ ਟਕਾਈ ਤੁਹਾਨੂੰ ਨਾ ਵੈਸੇ ਗੱਲ ਮੇਰੀ ਹੋਰ ਸੁਣ ਲਓ ਦੋ ਮਹੀਨਿਆਂ ਤੋਂ ਜ਼ਿਆਦਾ ਪਰੇਸ਼ਾਨੀ ਸ਼ੁਰੂ ਹੋਈ ਹੋਈ ਹੈ ਤੁਹਾਨੂੰ ਜੀ 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 ਇੱਕ ਗੱਲ ਦਾ ਧਿਆਨ ਰੱਖਿਓ ਜੀ ਕਿਸੇ ਪਰਾਈ ਲੇਡੀਜ਼ ਤੋਂ ਬਚ ਕੇ ਰਹਿਣਾ ਹੈ ਠੀਕ ਹੈ ਜੀ ਬਸ ਇਸ ਚੀਜ਼ ਦਾ ਧਿਆਨ ਰੱਖ ਲਿਆ ਤੁਹਾਡਾ ਕੰਮ ਤੇ ਮਨ ਲੱਗਣ ਲੱਗ ਜੂ ਠੀਕ ਹੈ ਜੀ ਤੇ ਧੁੱਪ 'ਚ ਸਿਰ ਢੱਕ ਕੇ ਰੱਖਣਾ ਠੀਕ ਹੈ ਸਿੰਪਲ ਜਿਹਾ ਪਾਏ ਦੱਸਤੇ ਮੈਂ ਤੁਹਾਨੂੰ ਫਾਇਦਾ ਹੋਣ ਲੱਗ ਜੂਗਾ ਇੱਕ ਵਾਰੀ ਛੋਲਿਆਂ ਦੀ ਦਾਲ ਧਾਰਮਿਕ ਸਥਾਨ ਤੇ ਵੀਰਵਾਰ ਨੂੰ ਦਾਨ ਦੇ ਦਿਓ ਠੀਕ ਹੈ ਜੀ ਤੇ ਮਨ ਨੂੰ ਪਰੇਸ਼ਾਨ ਨਾ ਕਰੋ ਤੁਸੀਂ ਹੈਗੇ ਬਹੁਤ ਮਿਹਨਤੀ ਜੀ ਹੱਦ ਤੋਂ ਜ਼ਿਆਦਾ ਮਿਹਨਤੀ ਬੰਦੇ ਹੋ ਬਸ ਤੁਹਾਡੇ 'ਚ ਇੱਕੋ ਹੀ ਬੁਰਾਈ ਹੈ ਜੀ ਤੁਸੀਂ ਕਾਹਲੀ ਜਲਦੀ ਕਰ ਜਾਂਦੇ ਹੋ ਜੀ ਦੂਜੇ ਬੰਦੇ ਦੀਆਂ ਗੱਲਾਂ 'ਚ ਆ ਜਾਂਦੇ ਠੀਕ ਹੈ ਜੀ ਇਹ ਗੱਲਾਂ ਛੱਡ ਦਿਓ ਜੈ ਸ਼੍ਰੀ ਰਾਮ ਹੈਲੋ ਹੈਲੋ ਭਾਜੀ ਨਮਸਕਾਰ ਜੀ ਨਮਸਕਾਰ ਜੀ ਇਹ ਮੇਰਾ ਨਾਮ ਦੀਪ ਹੈ ਮੈਂ ਤੁਹਾਡੇ ਤੋਂ ਬੋਲ ਰਿਹਾ ਹਾਂਜੀ ਡੇਟ ਔਰ ਟਾਈਮ ਦੱਸੋ 7/4/1969 ਜਨਮ ਦਾ ਟਾਈਮ ਹਾਂਜੀ ਜਨਮ ਦਾ ਟਾਈਮ ਪਤਾ ਨਹੀਂ ਇਹ ਨਹੀਂ ਟਾਈਮ ਕੀ ਪੁੱਛਣਾ ਚਾਹੁੰਦੇ ਹੋ ਮੈਂ 2 ਅਗਸਤ ਤੋਂ ਯਾਨੀ ਡਾਕਟਰੀ ਟ੍ਰਾਈ ਕਰਨੀ ਚਾਹੁੰਦਾ ਸੀ ਮੇਰੇ ਬਾਰੇ ਪੁੱਛਣਾ ਸੀ 2 ਅਗਸਤ ਤੇ ਕੀ ਕਰਦੇ ਆ ਹਾਂਜੀ 2 ਅਗਸਤ ਨਹੀਂ ਉੱਥੋਂ ਤੋਂ ਕੀ ਕਰਨਾ ਚਾਹੁੰਦੇ ਹੋ ਮੈਂ 2 ਅਗਸਤ ਟ੍ਰਾਂਸਪੋਰਟ ਸੁਪਰਵਾਈਜ਼ਰ ਹਾਂ ਮੈਂ ਦੌਰ ਤੇ ਆਣਾ ਚਾਹੁੰਦਾ ਵੀਰ ਜੀ ਇੱਕ ਗੱਲ ਮੇਰੀ ਚੰਗੀ ਤਰ੍ਹਾਂ ਸੁਣ ਲਓ ਹਾਂਜੀ ਉੱਥੋਂ ਤੋਂ ਤੁਸੀਂ ਯੂਰਪ ਕਿੱਦਾਂ ਚਲੇ ਜਾਓਗੇ ਬਿਲਕੁਲ ਨਹੀਂ ਕਰਨੀ ਚਾਹੀਦੀ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਕੋਈ ਵੀ ਕੰਮ ਕਰਦੇ ਹੋ ਘਰੇ ਨਹੀਂ ਦੱਸਦੇ ਤੇ ਤੁਹਾਡੇ ਕੰਮ ਖਰਾਬ ਜ਼ਿਆਦਾ ਹੋਏ ਠੀਕ ਘੱਟ ਹੋਏ ਆ ਇੱਕ ਗੱਲ ਮੇਰੀ ਸੁਣੋ ਜਿੰਨੇ ਵੀ ਲੋਕ ਬੈਠੇ ਆ ਅੱਜ ਕੱਲ ਪਤਾ ਕੀ ਆ ਪਹਿਲੇ ਦੁਬਈ ਦੇ ਵਿੱਚ ਨਾ ਹੁੰਡੀ ਦਾ ਕੰਮ ਚੱਲਦਾ ਸੀ ਬੜਾ ਜ਼ਿਆਦਾ ਸਾਰੇ ਯੂਰਪ ਦੇ ਵਿੱਚ ਆਪਣਾ ਅਰਬ ਕੰਟਰੀਆਂ 'ਚ ਹੁੰਡੀ ਦਾ ਕੰਮ ਚੱਲਦਾ ਸੀਗਾ ਚੰਗੇ ਦੁਕਾਨਦਾਰਾਂ ਨੂੰ ਕਮਾਈ ਹੁੰਦੀ ਸੀ ਹੁਣ ਉਹਨਾਂ ਨੂੰ ਲਾਲਚ ਇਹ ਹੋ ਗਿਆ ਵੀ ਅਸੀਂ ਤੁਹਾਨੂੰ ਬਾਹਰ ਭੇਜ ਦਾਂਗੇ
ਹਰ ਇੱਕ ਬੰਦੇ ਨੂੰ ਗਰੀਬ ਨੂੰ ਇਹ ਹੁੰਦਾ ਵੀ ਯਾਰ ਆਪਾਂ ਇੱਥੇ ਬੈਠੇ ਮਾੜੀ ਕੰਡੀ, ਸ਼ਾਇਦ ਆਪਾਂ ਅੱਗੇ ਨਿਕਲ ਜਾਈਏ ਚਾਰ ਪੈਸੇ ਦੇ ਕੇ, ਤੇ ਬੰਦਾ ਆਪਦੇ ਬੱਚਿਆਂ ਨੂੰ ਭੁੱਖੇ ਛੱਡ ਕੇ ਤੇ ਇੱਥੇ ਪੈਸੇ ਏਜੰਟਾਂ ਨੂੰ ਦੇ ਦਿੰਦਾ। ਪਹਿਲੀ ਗੱਲ ਤਾਂ ਇਹ ਸੁਣ ਲਓ ਕਿ ਯਾਰ ਤਾਂ ਬੰਦੇ ਦਾ ਬਹੁਤ ਵਧੀਆ ਬਿਜ਼ਨਸ ਹੋਵੇ, ਬੈਂਕ ਬੈਲੈਂਸ ਚੰਗਾ ਹੋਵੇ, ਉਹਦੇ ਕਈ ਟੂਰ ਲੱਗੇ ਹੋਣ, ਫਿਰ ਵੀ ਹਰ ਇੱਕ ਬੰਦੇ ਨੇ ਚਾਹੀਦਾ ਕਿ ਜਦੋਂ ਆਪਾਂ ਇੰਡੀਆ ਦੇ ਰਹਿਣ ਵਾਲੇ ਹਾਂ ਤੇ ਦੂਜੀ ਕੰਟਰੀ 'ਚੋਂ ਜਾ ਕੇ ਆਪਾਂ ਜਦੋਂ ਅਗਲੀ ਕੰਟਰੀ ਦਾ ਵੀਜ਼ਾ ਮੰਗਦੇ ਹਾਂ, ਅਗਲਾ ਬੰਦਾ ਇਹ ਸੋਚਦਾ ਉਹਦੇ ਦਿਮਾਗ 'ਚ ਆਉਂਦਾ ਵੀ ਇਹ ਬੰਦਾ, ਇਹਦੇ ਕੋਲ ਬੈਂਕ ਬੈਲੈਂਸ ਤਾਂ ਹੈ ਨਹੀਂ, ਪੈਸੇ ਵੀ ਹੈ ਨਹੀਂ, ਤੁਹਾਨੂੰ ਵੀਜ਼ਾ ਕਿੱਦਾਂ ਮਿਲੂਗਾ? ਕਿਉਂਕਿ ਜਦੋਂ ਤੁਸੀਂ ਇੰਡੀਆ ਤੋਂ ਆ ਕੇ ਵੀਜ਼ਾ ਲਵਾਓਗੇ ਫਿਰ ਵੀ ਤੁਹਾਡੇ 50% ਚਾਂਸ ਹੁੰਦੇ ਆ, ਕਿਉਂਕਿ ਤੁਸੀਂ ਇੰਡੀਅਨ ਤਾਂ ਹੈਗੇ ਹੋ ਨਾ, ਇੱਥੇ ਕੋਈ ਤੁਸੀਂ ਗਲਤ ਕੰਮ ਨਹੀਂ ਕੀਤਾ ਹੋਇਆ, ਤਾਂ ਹੀ ਤੁਸੀਂ ਬਾਹਰ ਜਾਣ ਲੱਗੇ। ਤੇ ਬਾਹਰਲੇ ਮੁਲਕ 'ਚੋਂ ਜਦੋਂ ਆਪਾਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ, 90% ਤਾਂ ਲੋਕਾਂ ਦੇ ਪੈਸੇ ਮਰਦੇ ਆ, ਉਹਨਾਂ ਦੇ ਵਿੱਚੋਂ 7% ਬੰਦੇ ਜਿਨ੍ਹਾਂ ਦੇ ਵੀਜ਼ੇ ਨਹੀਂ ਲੱਗਦੇ, 3% ਕੋਈ ਬੰਦਾ ਇਹੋ ਜਿਹਾ ਹੁੰਦਾ ਜਿਹਦੇ ਬੈਂਕ ਬੈਲੈਂਸ ਜਾਂ ਲੱਕੀ ਬੰਦਾ ਹੁੰਦਾ ਜਿਹਦਾ ਕੁਦਰਤ ਵੱਲੋਂ ਕੋਈ ਘੁੰਮ ਘੁਮਾ ਕੇ ਜਾਂ ਉਹ ਪਹਿਲੇ ਕਿਸੇ ਬਾਹਰਲੀਆਂ ਕੰਟਰੀਆਂ 'ਚ ਗਿਆ ਹੁੰਦਾ ਵੱਡੀਆਂ 'ਚ, ਉਹਦਾ ਵੀਜ਼ਾ ਲੱਗਦਾ। ਕਿਉਂਕਿ ਮੈਂ ਜ਼ਿੰਦਗੀ ਦੇ ਤਜਰਬੇ ਦੀਆਂ ਗੱਲਾਂ ਦੱਸਦਾ, ਮੇਰਾ ਰੋਜ਼ ਦਾ ਕੰਮ ਹੈ। ਇਸ ਕਰਕੇ ਤੁਸੀਂ ਪੰਗਾ ਨਹੀਂ ਲੈਣਾ, ਇੱਕ ਤੁਸੀਂ ਖੁਸ਼ੀ ਨਹੀਂ ਮਨਾਉਣੀ, ਦੇਖੋ ਤੁਸੀਂ ਕਦੇ ਸੁੱਖ ਦਾ ਸਾਹ ਨਹੀਂ ਲਿੱਤਾ, ਔਰ ਮੈਂ ਇਹ ਚਾਹੁੰਦਾ ਕਿ ਤੁਸੀਂ ਪਹਿਲੇ ਨੰਬਰ 'ਤੇ ਇਹ ਕੋਈ ਖੁਸ਼ੀ ਨਾ ਮਨਾਓ, ਇੰਡੀਆ ਤੋਂ ਆ ਕੇ ਇੱਕ ਜ਼ਿਆਦਾ ਜਲਦਬਾਜ਼ੀ ਨਾ ਕਰੋ, ਕਿਸੇ ਦੇ ਅੱਗੇ ਨਹੀਂ ਬੋਲਣਾ, ਕਿਸੇ ਨਾਲ ਬਹਿਸ ਨਾ ਨਹੀਂ ਹੋ, ਇੱਕ ਵਾਰੀ ਆਣ ਕੇ ਤੁਸੀਂ ਜਦੋਂ ਇੰਡੀਆ 'ਚ ਮਿਲਿਓ, ਬਾਹਰ ਜਾਣ ਦਾ ਹਾਲੇ ਕੋਈ ਯੋਗ ਨਹੀਂ ਬਣਾਉਣਾ, ਕਿਉਂਕਿ ਤੁਹਾਡੇ 'ਤੇ 2019 ਤੱਕ ਸਮਾਂ ਖਰਾਬ ਹੈ। 7ਵੇਂ ਮਹੀਨੇ 'ਚ ਮੈਨੂੰ ਯਾਦ ਕਰ ਲਈਓ, 7ਵੇਂ ਮਹੀਨੇ ਤੋਂ ਬਾਅਦ ਤੁਹਾਡਾ ਮਾੜਾ ਸਮਾਂ ਸ਼ੁਰੂ ਹੋਣਾ ਹੈ। ਪਹਿਲੇ ਮਾੜੇ ਸਮੇਂ ਨੂੰ ਆਪਾਂ ਕੱਢਾਂਗੇ, ਫਿਰ ਆਪਾਂ ਅਗਲੀਆਂ ਗੱਲਾਂ ਕਰਾਂਗੇ। ਕਦੇ ਕਦੇ ਬੱਚਿਆਂ ਨੂੰ ਟੋਫੀਆਂ ਵੰਡਣੀਆਂ ਜਾਂ ਨਾਲ ਯਾਰ ਦੋਸਤ ਹੁੰਦੇ ਉਹਨਾਂ ਨੂੰ ਟੋਫੀਆਂ ਖਵਾ ਦਿਆ ਕਰੋ। ਸਿੰਪਲ ਜਿਹਾ ਆਪਾਂ ਇਹ ਕਰੋ, ਜਲਦਬਾਜ਼ੀ ਨਹੀਂ ਕਰਨੀ, ਝੂਠ ਨਹੀਂ ਬੋਲਣਾ, ਸਵੇਰੇ ਬੁਰਸ਼ ਕਰਨ ਤੋਂ ਬਾਅਦ ਮੂੰਹ ਨੂੰ ਮਿੱਠਾ ਲਗਾਉਣਾ, 7 ਪੀਸ ਤਾਂਬੇ ਦੇ ਐਤਵਾਰ ਨੂੰ ਜ਼ਮੀਨ ਦੇ ਵਿੱਚ ਦਬਾਣੇ ਵਿਰਾਨੀ ਜਗ੍ਹਾ 'ਚ। ਜੈ ਸ਼੍ਰੀ ਰਾਮ। ਹੈਲੋ, ਹਾਂਜੀ, ਡੇਟ ਔਰ ਟਾਈਮ ਦੱਸੋ। ਹਾਂਜੀ, 26/1/1969 ਜੀ। 26/1/1969 ਜਨਮ ਦਾ ਟਾਈਮ? ਸਵੇਰੇ 4 ਵਜੇ ਲੁਧਿਆਣਾ। ਕੀ ਪੁੱਛਣਾ ਚਾਹੁੰਦੇ ਹੋ ਜੀ? ਸਰ, ਆਪਣੇ ਕੰਮ ਕਾਰ ਬਾਰੇ ਪੁੱਛਣਾ ਚਾਹੁੰਦਾ ਜੀ ਮੈਂ। ਕੀ ਕਰਦੇ ਹੋ? ਘਰ ਦੇ ਵਿੱਚ ਦੁਕਾਨ ਵਿੱਚ ਜੱਦਾ ਬੜੀ ਉੱਠਦਾ ਵੇਚਦਾ ਸਮਾਨ ਜੀ, ਬਿਸਕੁਟ ਆ ਕੇ। ਕਿਹੜੀ ਜਗ੍ਹਾ ਤੋਂ? ਇੱਥੇ ਰਾਹੋਂ ਰੋਡ ਤੋਂ ਜੀ। ਰਾਹੋਂ ਰੋਡ ਤੋਂ? ਹਾਂਜੀ। ਕੀ ਵੇਚਦੇ? ਕੀ ਹੋ? ਮੋਬਾਈਲ ਦੇ ਕਾਰ ਜੀ, ਜਰਦਾ ਬੀੜੀ, ਬਿਸਕੁਟ, ਟੋਫੀ, ਨਮਕੀਨ। ਦੇਖੋ ਵੀਰ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਇੱਕ ਤਾਂ ਖਿੱਚਦੇ ਬਹੁਤ, ਦੂਜੇ ਨੰਬਰ ਤੇ ਕੰਮ ਕਰਦੇ ਰਹਿੰਦੇ, ਸਰੀਰ ਠੀਕ ਨਹੀਂ ਰਹਿੰਦਾ। ਹਾਂਜੀ ਹਾਂਜੀ। ਨਿੱਕੀ ਨਿੱਕੀ ਗੱਲ ਦੀ ਟੈਨਸ਼ਨ ਬੜੀ ਜਲਦੀ ਹੋ ਜਾਂਦੀ ਹੈ। ਹਾਂਜੀ ਹਾਂਜੀ ਹਾਂਜੀ। ਅੱਜ ਦਾ ਕਮਾ ਲਿਆ, ਕੱਲ ਦਾ ਪਤਾ ਨਹੀਂ। ਹਾਂਜੀ ਹਾਂਜੀ ਹਾਂਜੀ। ਹਮੇਸ਼ਾ ਹੀ ਇਹ ਚੱਲੀ ਜਾਂਦਾ ਹੈ। ਹਾਂਜੀ ਹਾਂਜੀ। ਹੁਣ ਤੁਸੀਂ 2015 ਤੋਂ ਬੜੇ ਪਰੇਸ਼ਾਨ ਚੱਲ ਰਹੇ ਹੋ, ਫਰਵਰੀ ਤੋਂ। ਹਾਂਜੀ ਹਾਂਜੀ ਹਾਂਜੀ। ਤੇ ਇੱਕ ਦਿਲ ਨਹੀਂ ਲੱਗਦਾ? ਬਿਲਕੁਲ ਲੱਗਦਾ ਨਹੀਂ ਜੀ। ਠੀਕ ਹੈ ਜੀ। ਕਦੇ ਕਦੇ ਦਹੀਂ ਮਲ ਕੇ ਨਹਾਣਾ। ਅੱਛਾ ਜੀ। ਓਮ ਨਮੋ ਸ਼ਿਵਾਏ ਦਾ ਜਾਪ ਕਰਨਾ, ਪਿੱਪਲ ਤੇ ਜਲ ਚੜਾਉਣਾ। ਕਦੇ ਦਹੀਂ ਮਲ ਕੇ ਨਹਾਣਾ? ਹੋਰ ਕਿਸੇ? ਓਮ ਨਮੋ ਸ਼ਿਵਾਏ ਦਾ ਜਾਪ ਕਰਨਾ। ਅੱਛਾ ਜੀ। ਸਿੰਪਲ ਜਿਹਾ ਪਾਏ ਕਰਨੇ ਆ ਤੁਸੀਂ। ਅੱਛਾ। ਸੌਂਫ ਜ਼ਿਆਦਾ ਖਾਣੀ, ਜਨਮ ਦਿਨ ਨਹੀਂ ਮਨਾਉਣਾ। ਸੌਂਫ ਖਾਣੀ? ਅੱਛਾ ਜੀ। ਹਾਂਜੀ, ਜਨਮ ਦਿਨ ਨਹੀਂ ਮਨਾਉਣਾ। ਨਹੀਂ ਮਨਾਉਂਦਾ ਜੀ। ਤੇ ਕਦੇ ਕਦੇ ਕੀੜਿਆਂ ਦੇ ਭੌਂ ਤੇ ਤਿਲ ਚਾਵਲੀ ਪਾਣੀ। ਠੀਕ ਹੈ ਜੀ। ਇਹ ਉਪਾਏ ਕਰੋ, ਤੁਹਾਨੂੰ ਫਾਇਦਾ ਹੋਊਗਾ। ਕੀੜਿਆਂ ਦੇ ਭੌਂ ਤੇ ਜੀ ਚਾਵਲ ਪਾਣੇ ਜੀ? ਤਿਲ ਚਾਵਲ। ਤਿਲ ਤੇ ਚਾਵਲ ਕਾਲੇ ਜੀ, ਚਿੱਟੇ ਜੀ? ਜਿਹੜੇ ਮਰਜ਼ੀ ਹੋਣ। ਅੱਛਾ ਜੀ, ਠੀਕ ਹੈ ਜੀ। ਇਹ ਉਪਾਏ ਕਰੋ, ਜੇ ਤੁਹਾਨੂੰ ਫਾਇਦਾ ਆਇਆ ਫਿਰ ਮੈਨੂੰ ਆਣ ਕੇ ਮਿਲਿਓ, ਕਿਉਂਕਿ ਮੈਂ ਤਾਂ ਤੁਹਾਡੀਆਂ ਗੱਲਾਂ ਨਹੀਂ ਦੱਸ ਸਕਦਾ, ਤੁਸੀਂ ਜਿੰਨੇ ਪਰੇਸ਼ਾਨ ਹੋ। ਮੇਰਾ ਬੱਚਾ ਦਾ ਬੜਾ ਦਿਮਾਗ ਬੋਲ ਜਾਂਦਾ ਜੀ ਮੇਰੇ। ਮੈਂ ਸਾਰਾ ਕੁਝ ਸਮਝ ਗਿਆ, ਮੈਂ ਤੁਹਾਨੂੰ ਕਿਉਂ ਛੋਟੇ ਉਪਾਏ ਦੱਸੇ ਤਿੰਨ। ਠੀਕ ਹੈ ਜੀ। ਫਾਇਦਾ ਹੋਊਗਾ ਫਿਰ ਤੁਸੀਂ ਮੈਨੂੰ ਆਣ ਕੇ ਮਿਲਣਾ। ਜੈ ਸ਼੍ਰੀ ਰਾਮ। ਹੈਲੋ ਹੈਲੋ। ਹਾਂਜੀ ਸਰ, ਮੇਰੇ ਹਸਬੰਡ ਦਾ ਕੰਮ ਨਹੀਂ ਸਰ ਹੈਗਾ। ਡੇਟ ਔਰ ਟਾਈਮ ਦੱਸਿਓ। 11/13/1980 ਸਵੇਰੇ ਸ਼ਾਮੀ ਦੁਪਹਿਰੇ ਕੁਛ? ਹਾਂਜੀ।
ਸਵੇਰੇ ਸ਼ਾਮੀ ਦੁਪਹਿਰ ਦਾ ਟਾਈਮ ਇਦਾਂ ਤਾਂ ਪਤਾ ਨਹੀਂ ਹੈ ਕਿ ਮੇਰੇ ਹਸਬੰਡ ਨੇ ਇਹਨਾਂ ਦਾ ਕੰਮ ਕੋਰ ਨਹੀਂ ਸੀ। ਜੀ ਤੁਸੀਂ ਮੈਨੂੰ ਦੱਸਿਆ 13/11 ਹਾਂਜੀ 1980 1980 ਦੇ ਵਿੱਚ ਬੁੱਧਵਾਰ ਨਹੀਂ ਆਂਦਾ, ਵੀਰਵਾਰ ਦਾ ਦਿਨ ਆਂਦਾ ਹੈ। ਹਾਂਜੀ ਤੇ ਫਿਰ ਤੁਸੀਂ ਬੁੱਧਵਾਰ ਗਈ ਜਾਂਦੇ ਹੋ? ਬੁੱਧਵਾਰ ਦੱਸਿਆ, ਜਾਂ ਤਾਂ ਤੁਹਾਡਾ ਮਹੀਨਾ ਗਲਤ ਹੈ ਜਾਂ ਸਨ ਗਲਤ ਹੈ, ਤੁਸੀਂ ਦੱਸੋ ਕੀ ਕਰਾਂ ਮੈਂ? ਨਹੀਂ ਸਰ ਆਹੀ ਹੈ ਟਾਈਮ ਤਾਂ ਬਿਲਕੁਲ ਕਰ ਜਾਂਦੇ। ਅੱਛਾ ਜੀ ਕੀ ਪੁੱਛਣਾ ਚਾਹੁੰਦੇ ਹੋ? ਇਹਨਾਂ ਦਾ ਕੰਮ ਕਾਮ ਨਹੀਂ ਸੈੱਟ ਹੈਗਾ, ਕੋਈ ਵੀ ਕੰਮ ਕਰਦੇ ਹੋ ਪਿੱਛੇ ਜਾਂਦੇ ਆ, ਦੁਬਈ ਤੋਂ ਆਏ ਸੀ ਕਿਤੇ ਵੀ ਕੰਮ ਸੈੱਟ ਆਇਆ। ਇੱਕ ਮਿੰਟ ਮੈਨੂੰ ਬੋਲਣ ਤਾਂ ਦਿਓ, ਇਹ ਮੈਨੂੰ ਇਹ ਦੱਸੋ ਕਿ ਇਹਨਾਂ ਦਾ ਦਿਮਾਗ ਪੁੱਠਾ ਜ਼ਿਆਦਾ ਚੱਲਦਾ ਸਿੱਧਾ ਘਰ ਚੱਲਦਾ, ਸਹੀ ਹੈ ਕਿ ਗਲਤ ਹੈ? ਇਹ ਤਾਂ ਗੱਲ ਸਹੀ ਆ। ਠੀਕ ਹੈ, ਇਹ ਕੁੰਡਲੀ ਫੇਰ ਤੁਹਾਡੀ ਠੀਕ ਹੈ। ਦੇਖੋ ਪਤਾ ਕੀ ਹੁੰਦਾ, ਮਨ ਹਟ ਜਾਂਦਾ ਆ ਔਰ ਇਹ ਪਰੇਸ਼ਾਨ ਪਿਛਲੇ 1.5 ਸਾਲ ਤੋਂ ਹੋ ਰਹੇ ਜ਼ਿਆਦਾ। ਹਾਂਜੀ ਸਹੀ ਹੈ ਜੀ। ਕਿਸੇ ਨਾਲ ਫਾਲਤੂ ਬਹਿਸਣਾ ਨੀ ਹੋ, ਆਪਦੇ ਸਿਹਤ ਦਾ ਧਿਆਨ ਰੱਖਣਾ, ਆਵਾਰਾ ਗਰਦੀ ਘੱਟ ਕਰਨੀ, ਕਿਤੇ ਕੱਲਿਆਂ ਨੇ ਨੀ ਦੂਰ ਜਾਣਾ, ਯਾਰਾਂ ਦੋਸਤਾਂ ਤੋਂ ਦੂਰ ਰਹਿਣਾ। ਠੀਕ ਹੈ ਜੀ। ਦੋ ਮੂਲੀਆਂ, ਦੋ ਚਾਰ ਮੂਲੀਆਂ ਸਾਰੇ ਸ਼ੁਕਰ ਰੱਖਣੀਆਂ, ਸ਼ਨੀਵਾਰ ਨੂੰ ਧਾਰਮਿਕ ਸਥਾਨ ਤੇ ਦਾਨ ਦੇਣੀ। ਠੀਕ ਹੈ ਜੀ। ਇਹਦੇ ਨਾਲ ਕੁਝ ਹਾਲਾਤ ਠੀਕ ਹੋਊਗੇ। ਠੀਕ ਹੈ ਜੀ। ਤੇ ਇਹੀ ਇੱਕ ਵਾਰੀ ਅਪਾਈ ਕਰੋ, ਫਾਇਦਾ ਹੋਣਾ ਸ਼ੁਰੂ ਹੋ ਜਾਊਗਾ। ਜੈ ਸ਼੍ਰੀ ਰਾਮ। ਹੈਲੋ, ਮੈਂ ਇਹ ਦੱਸਣਾ ਚਾਹੁੰਦਾ ਪਿਆਰ ਦਾ ਸਾਡਾ ਪ੍ਰੋਗਰਾਮ ਦੇਖ ਰਹੇ ਆ, ਦਿੱਲੀ ਦੀ ਸਾਡੀ ਅਪੁਆਇੰਟਮੈਂਟ 19 ਤੇ 20 ਤਰੀਕ ਨੂੰ ਦਿੱਲੀ ਦੀ ਅਪੁਆਇੰਟਮੈਂਟ ਹੈ, ਆਪਦੀ ਬੁਕਿੰਗ ਕਰਾ ਸਕਦੇ ਹੋ। ਔਰ ਕੁਛ ਬੰਦਿਆਂ ਨੂੰ ਅਸੀਂ ਕੁਛ ਟਾਈਮ ਵਾਸਤੇ ਹੋ ਸਕਦਾ ਦਿਨ ਦੇ ਟਾਈਮ 21 ਤਰੀਕ ਨੂੰ ਵੀ ਮਿਲੀਏ। ਅਤੇ 3 ਦਿਨ ਦੀ ਸਾਡੀ ਜਿਹੜੀ ਹੈ ਲੁਧਿਆਣੇ ਦੀ ਛੁੱਟੀ ਹੋਊਗੀ, 19 ਤੇ 20 ਤੇ 21, 3 ਦਿਨ ਅਸੀਂ ਦਿੱਲੀ ਹਾਂ, ਮਿਲਣਾ ਅਸੀਂ 2 ਦਿਨ ਹੈ। ਉਹ ਸਪੈਸ਼ਲ ਬੰਦਿਆਂ ਨੂੰ 21 ਤਰੀਕ ਨੂੰ ਸਪੈਸ਼ਲ ਬੰਦਿਆਂ ਨੂੰ ਮਿਲਣਾ, ਜਿੱਦਾਂ 2-4-10 ਬੰਦੇ ਆ ਉਹਨਾਂ ਨੂੰ ਸਪੈਸ਼ਲ ਮਿਲਣਾ ਹੈ, ਇਸ ਕਰਕੇ ਉਹਨਾਂ ਬੰਦਿਆਂ ਨੂੰ ਟਾਈਮ ਦਿੱਤਾ ਜਾਊਗਾ 21 ਤਰੀਕ ਦਾ। ਤਾਂ ਔਰ ਆਪਦੀ ਬੁਕਿੰਗ ਕਰਾ ਸਕਦੇ ਹੋ ਸਵੇਰ ਦੇ ਟਾਈਮ 'ਤੇ ਕਿਸੇ ਵੀ ਨੰਬਰ 'ਤੇ ਜਿਨ੍ਹਾਂ ਨੇ ਸਾਨੂੰ ਆਣ ਕੇ ਮਿਲਣਾ ਹੈ। ਮਿਲਣ ਦਾ ਸਮਾਂ ਸਾਡਾ ਉੱਥੇ ਜਿਹੜਾ ਹੈ ਉਸੇ ਤਰ੍ਹਾਂ ਸਵੇਰੇ 8-9 ਵਜੇ ਤੋਂ ਲੈ ਕੇ ਅਤੇ ਸ਼ਾਮ ਦੇ 7 ਵਜੇ ਤੱਕ ਹੁੰਦਾ। ਜੈ ਸ਼੍ਰੀ ਰਾਮ। ਹੈਲੋ, ਨਮਸਕਾਰ ਜੀ। ਨਮਸਕਾਰ ਜੀ। ਹਾਂਜੀ, ਮੈਂ ਬੇਟੇ ਆਪਣੇ ਵਾਸਤੇ ਪੁੱਛਣਾ ਹੈ। ਡੇਟ ਔਰ ਟਾਈਮ ਦੱਸੋ। 9:10 ਸ਼ਾਮ ਦਾ 4 ਵਜੇ ਜਨਮ। 9:10 ਸ਼ਾਮ ਦਾ 4 ਵਜੇ ਦਾ। ਉਹਦੀ ਨੌਕਰੀ ਸਰਕਾਰੀ ਨੌਕਰੀ ਵਾਲੀ ਯੋਗ ਹੈ ਜਾਂ ਕੰਮ ਕਰਦੇ ਹੋ ਕੁਛ ਪੁੱਛਣਾ ਹੈ। ਕਿਹੜੀ ਜਗ੍ਹਾ ਤੋਂ ਤੁਸੀਂ ਬੋਲਦੇ ਹੋ? ਅਸੀਂ ਜਲੰਧਰ ਤੋਂ। ਦੇਖੋ ਜੀ, ਇੱਕ ਗੱਲ ਮੇਰੀ ਸੁਣੋ। ਹਾਂਜੀ। ਪਹਿਲੇ ਨੰਬਰ ਤੇ ਇਹ ਹੈ ਕਿ ਬੱਚੇ ਦੇ ਦਾਦੇ ਨੇ ਬੜਾ ਨਾਮ ਕਮਾਇਆ। ਹਾਂਜੀ। ਅੱਜ ਤੁਹਾਡਾ ਕੰਮ ਥੱਲੇ ਜਾਈ ਜਾਂਦਾ। ਹਾਂਜੀ। ਬੱਚਾ ਤੁਹਾਡਾ ਮਿਹਨਤੀ ਹੈ, ਬੱਚਾ ਤੁਹਾਡਾ ਸਿਆਣਾ ਬਹੁਤ ਹੈ। ਹਾਂਜੀ। ਸਾਰੀ ਜ਼ਿੰਦਗੀ ਤੁਹਾਨੂੰ ਐਸ਼ ਕਰਾਊਗਾ। ਹਾਂਜੀ। ਔਰ ਜੋ ਵੀ ਭੈਣ ਭਰਾ ਨਾਲ ਹੈ ਸਭ ਨੂੰ ਐਸ਼ ਕਰਾਊਗਾ ਬੱਚਾ। ਹਾਂਜੀ। ਸਿਰਫ ਵਿੱਚ 2 ਕਮੀਆਂ ਹੈਗੀਆਂ। ਹਾਂਜੀ। ਜਲਦਬਾਜ਼ੀ ਜ਼ਿਆਦਾ ਕਰ ਜਾਂਦਾ। ਹਾਂਜੀ। ਪੰਪ 'ਚ ਜਲਦੀ ਆ ਜਾਂਦਾ ਦੂਜੇ ਦੇ। ਹਾਂਜੀ। ਗਾਂ ਦਾ ਦੁੱਧ ਲਿਆ ਕੇ ਘਰੇ ਰੱਖਣਾ, ਉਹਦਾ ਕਦੇ ਕਦੇ ਛਿੱਟਾ ਦੇਣਾ। ਰੋਜ਼ ਦਿੰਦੇ ਹੋ ਤਾਂ ਚੰਗੀ ਗੱਲ ਹੈ, ਗਾਂ ਦਾ ਦੁੱਧ ਹੋਵੇ। ਤੁਸੀਂ ਗਾਂ ਦੇ ਦੁੱਧ ਦਾ ਛਿੱਟਾ ਦਿੰਦੇ, ਦੁੱਧ ਦਾ ਛਿੱਟਾ ਦਿੰਦੇ ਹੋਗੇ। ਹਾਂਜੀ, ਗਾਂ ਦਾ ਦੁੱਧ ਲਈਦਾ ਸੀ। ਸੁਣ ਤਾਂ ਲਓ, ਜੇ ਤਾਂ ਤੁਸੀਂ ਦੁੱਧ ਹੀ ਤੋਂ ਲੈਣੇ ਆ ਤੇ ਤੁਹਾਡਾ ਦੁੱਧ ਮਿਕਸ ਆਊਗਾ। ਗਾਂ ਦੇ ਦੁੱਧ ਦੀ ਨਿਸ਼ਾਨੀ ਹੁੰਦੀ ਹੈ ਤੇ ਦੁੱਧ ਦਾ ਕਲਰ ਫਰਕ ਹੁੰਦਾ। ਗਾਂ ਦਾ ਤੇ ਮੱਝ ਦਾ ਦੁੱਧ ਮਿਕਸ ਕੀਤਾ ਜਾਂਦਾ। ਗਾਂ ਦੇ ਦੁੱਧ ਦਾ ਤੇ ਮੱਝ ਦੇ ਦੁੱਧ ਦਾ ਫਰਕ ਹੁੰਦਾ। ਮੱਝ ਦਾ ਦੁੱਧ ਹੈ ਜਿਹੜਾ ਇਹ ਸ਼ਨੀ ਦੇ ਉਪਾਏ ਚ ਆਉਂਦਾ, ਗਾਂ ਦਾ ਦੁੱਧ ਹੈ ਜਿਹੜਾ ਇਹ ਪਿਓਰ ਉਪਾਏ ਆਉਂਦਾ ਤੇ ਇਹਦਾ ਫਾਇਦਾ ਬੜਾ। ਠੀਕ ਹੈ ਜੀ। ਹੁਣ ਕਈ ਬੰਦੇ ਘਰ ਚ ਗੂਗਲ ਦੀ ਧੂਣੀ ਦਿੰਦੇ ਆ, ਜਿਹੜਾ ਗੋਹਾ ਹੋਣਾ ਚਾਹੀਦਾ ਉਹ ਗਾਂ ਦਾ ਹੋਣਾ ਚਾਹੀਦਾ, ਮੱਝ ਦਾ ਨਹੀਂ ਹੋਣਾ ਚਾਹੀਦਾ। ਕਿਉਂਕਿ ਬੜੀਆਂ ਚੀਜ਼ਾਂ ਐਸੀਆਂ ਹੁੰਦੀਆਂ ਕਿ ਜਿਹਨਾਂ ਵਿੱਚ ਆਪਾਂ ਨੂੰ ਫਾਇਦਾ ਹੋਵੇ। ਅੱਛਾ ਜੀ, ਦੂਸਰੇ ਨੰਬਰ ਤੇ
बगैर सोचे काम करना, सिर ढाके रखना, तंदूर कदे घर च नहीं रखना, और ए बच्चा आपदा ही काम करूगा, नौकरी वाला योग नहीं है, और आपदे काम च इहनूं फायदा होगा, बहुत मेहनती है तुहाडा बच्चा, मेहरून रंग दा कपड़ा नहीं पाना, बगैर जोड़ तो चांदी दा छल्ला पाना, ते जे ने माड़ी मोटी कोई नौकरी मिल गई इन्हें छड़ देनी है, क्योंकि इहनूं बच्चे नूं आपदे काम दा ज्यादा है, आपदे काम च इहनूं बच्चे लाओ, बच्चा तुहाडा पिछे नहीं मुड़दा। जय श्री राम। हैलो हैलो, ਸਤਿ ਸ੍ਰੀ ਅਕਾਲ ਪੰਡਿਤ ਜੀ। ਸਤਿ ਸ੍ਰੀ ਅਕਾਲ ਜੀ। ਸਰ ਜੀ, ਮੈਂ ਮੇਰੀ ਡੇਟ ਆਫ ਬਰਥ ਜੀ 10/8/1994 ਜਨਮ ਦਾ ਟਾਈਮ? ਜਨਮ ਜੀ 4 ਵਜੇ ਹੋਇਆ ਜੀ, ਸ਼ਾਮ ਨੂੰ। ਕੀ ਪੁੱਛਣਾ ਚਾਹੁੰਦੇ ਹੋ? ਸਰ ਜੀ, ਮੈਂ ਪੜ੍ਹਾਈ ਕਰਨਾ ਤੇ ਮੇਰਾ ਪੜ੍ਹਾਈ ਚ ਜੀ ਨੀ ਲੱਗਦਾ, ਤੇ ਘਰ ਚ ਬਰਕਤ ਵੀ ਜਮਾ ਹੀ ਨੀ ਹੈਗੀ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਜੀ ਚੌਧਰੀ ਵਾਸਤੋਂ ਜੀ, ਸਾਰ ਵੀਰਵਾਰ ਤੋਂ ਲੈ ਕੇ ਵੀਰਵਾਰ ਤੱਕ ਛੋਲੇ ਦੀ ਦਾਲ ਧਾਰਮਿਕ ਸਥਾਨ ਤੇ ਦਾਨ ਦੇਣੀ। ਤੁਹਾਡਾ ਪੜ੍ਹਾਈ ਦੇ ਵਿੱਚ 2015 ਤੋਂ ਹੀ ਮਨ ਉੱਠਿਆ ਪਿਆ। ਹੈਲੋ, 2015 ਤੋਂ ਹੀ ਪੜ੍ਹਾਈ ਖਰਾਬ ਹੋ ਰਹੀ ਹੈ, ਅਗਲੇ ਮਹੀਨੇ ਤੋਂ ਪੜ੍ਹਾਈ ਤਾਂ ਹੋਜੂਗੀ ਠੀਕ। ਚੰਗੀ ਤਰ੍ਹਾਂ ਗੱਲ ਨੋਟ ਕਰ ਲਈਓ ਤੇ ਮਨ ਵੀ ਲੱਗਣ ਲੱਗ ਜੂਗਾ, ਕੋਈ ਕੰਮ ਕਾਰ ਵੀ ਮਿਲ ਸਕਦਾ ਹੈ। ਅੱਛਾ ਜੀ, ਨੌਕਰੀ ਬਣ ਜੇਗੀ? ਬਣ ਸਕਦੀ ਹੈ। ਵੀਰਵਾਰ ਤੋਂ ਵੀਰਵਾਰ ਛੋਲੇ ਦਾਲ ਧਾਰਮਿਕ ਸਥਾਨ ਤੇ ਦਾਨ ਦੇਣੀ। ਸ਼ਨੀਵਾਰ ਵਾਲੇ ਦਿਨ 800 ਗ੍ਰਾਮ ਸਿੱਕੇ ਦੇ 8 ਪੀਸ ਲੈ ਲੈਣੇ ਤੇ 2 ਸੁੱਕੇ ਨਾਰੀਅਲ ਪਾਣੀ ਚ ਜਲ ਪ੍ਰਵਾਹ ਵੱਡੀ ਨਹਿਰ ਚ ਕਰਨਾ, ਸੂਰਜ ਨੂੰ ਜਲ ਦੇਣਾ, ਸੌਂਫ ਖਾਣੀ ਕਦੇ ਕਦੇ, ਇਹੀ ਉਪਾਅ ਕਰਨੇ ਹੈ ਤੇ ਤੁਹਾਡਾ ਤੀਸਰੇ ਮਹੀਨੇ ਤੋਂ ਬਾਅਦ ਮੈਂ ਕਿਹਾ ਫਾਇਦਾ ਹੋਣਾ ਸ਼ੁਰੂ ਹੋ ਜਾਊਗਾ। ਜੈ ਸ਼੍ਰੀ ਰਾਮ। ਹੈਲੋ ਹੈਲੋ, ਹਾਂਜੀ, 14/11/86 ਜੀ, ਸਵੇਰੇ 7:30 ਦਾ ਜੀ। ਸਵੇਰੇ ਕਿੰਨੇ ਵਜੇ ਦਾ? 7:30 ਜੀ। ਕੀ ਪੁੱਛਣਾ ਚਾਹੁੰਦੇ ਹੋ? ਬਾਹਰ ਬਾਰੇ ਪੁੱਛਣਾ ਜੀ। ਬਾਹਰ ਕਿੱਥੇ ਦਾ ਜੀ? ਬਾਹਰ ਜੀ, ਜਿਵੇਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਜਿਥੋਂ ਮਰਜ਼ੀ ਦੱਸ ਦੋ ਜੀ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਗੰਗਾਨਗਰ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਵੀ ਗੱਲ ਹੋਵੇ ਤੁਸੀਂ ਬੋਲੋਗੇ ਜ਼ਿਆਦਾ, ਬਹਿਸੋਗੇ ਜ਼ਿਆਦਾ, ਮਰਜ਼ੀ ਆਪਦੀ ਕਰੋਗੇ, ਜਿੱਦ ਚ ਕੰਮ ਖਰਾਬ ਕਰ ਲੋਗੇ। ਠੀਕ ਹੈ ਜੀ। ਔਰ ਇੱਕ ਪੁੱਠਾ ਦਿਮਾਗ ਜ਼ਿਆਦਾ ਚੱਲੂਗਾ। ਠੀਕ ਹੈ ਜੀ। ਬਾਹਰ ਜਾਣ ਦਾ ਯੋਗ ਹੈਗਾ 6 ਮਹੀਨੇ ਤੱਕ। ਠੀਕ ਹੈ ਜੀ। ਪਰ ਛੋਟੇ ਮੋਟੇ ਮੁਲਕ ਚ ਜਾ ਸਕਦੇ ਹੋ, ਵੱਡੇ ਮੁਲਕ ਚ ਜਾਣ ਦਾ ਯੋਗ ਨਹੀਂ ਬਣਦਾ ਪਿਆ। ਠੀਕ ਹੈ ਠੀਕ। ਛੋਟੇ ਮੋਟੇ ਜਲਦੀ? ਹਾਂਜੀ, ਛੋਟੇ ਮੋਟੇ ਕਿੱਥੇ ਜੀ? ਛੋਟੇ ਤੁਸੀਂ ਲਾ ਲਓ, ਦੁਬਈ ਲਾ ਲਓ, ਸਿੰਗਾਪੁਰ ਲਾ ਲਓ। ਠੀਕ ਹੈ ਜੀ। ਤੇ ਜੇ ਆਪਾਂ ਕਹਿ ਦਈਏ ਆਸਟ੍ਰੇਲੀਆ ਚਲੇ ਜਾਓਗੇ, ਇੰਗਲੈਂਡ ਚਲੇ ਜਾਓਗੇ, ਕੈਨੇਡਾ, ਅਮਰੀਕਾ ਚਲੇ ਜਾਓਗੇ, ਉਹ ਯੋਗ ਨਹੀਂ ਬਣਦਾ ਪਿਆ। ਅੱਛਾ ਜੀ। ਤੇ ਖਾਣਾ ਨੀਚੇ ਬੈਠ ਕੇ ਖਾਣਾ, ਜਲਦਬਾਜ਼ੀ ਨਹੀਂ ਜ਼ਿਆਦਾ ਕਰਨੀ, ਕਿਸੇ ਨਾਲ ਬਹਿਸਣਾ ਨਹੀਂ ਹੋ ਘਰਦਿਆਂ ਨਾਲ। ਠੀਕ ਹੈ ਜੀ। ਤੇ ਇੱਕ ਕਿਸੇ ਵੀ ਮਾੜੀ ਸੰਗਤ ਚ ਨਹੀਂ ਜਾਣਾ, ਝੂਠ ਨਹੀਂ ਬੋਲਣਾ, ਕੋਈ ਖੁਸ਼ੀ ਨਹੀਂ ਮਨਾਣੀ। ਔਰ ਜੇ ਤੁਸੀਂ ਸ਼ਹਿਰ ਬਦਲ ਕੇ ਦੂਰ ਜਾ ਕੇ ਕੰਮ ਕਰਦੇ ਹੋ, ਹਾਂਜੀ, ਇਹਦਾ ਫਾਇਦਾ ਤੁਹਾਨੂੰ ਜ਼ਿਆਦਾ ਹੋ ਸਕਦਾ ਹੈ। ਠੀਕ ਹੈ ਠੀਕ ਹੈ, ਮਤਲਬ ਇੱਥੇ ਹੀ ਕਰੀਏ ਜੀ? ਇੱਥੇ ਕਰੋ, ਸ਼ਹਿਰ ਬਦਲ ਲਓ। ਠੀਕ ਹੈ ਜੀ। ਵੱਡੇ ਸ਼ਹਿਰ 'ਚ ਚਲੇ ਜਾਓ, ਕੰਮ ਚੱਲ ਪੈਣਾ ਤੁਹਾਡਾ। ਜੈ ਸ਼੍ਰੀ ਰਾਮ। ਹੈਲੋ ਹੈਲੋ, ਹਾਂਜੀ, ਡੇਟ ਔਰ ਟਾਈਮ ਦੱਸੋ ਜੀ। ਹਾਂਜੀ, 4/1993 4/1993 ਜਨਮ ਦਾ ਟਾਈਮ? ਰਾਤੀ 2 ਵਜੇ। ਕੀ ਪੁੱਛਣਾ ਚਾਹੁੰਦੇ ਹੋ? ਪੰਡਿਤ ਜੀ, ਮੇਰਾ ਜੀ ਕੋਈ ਵੀ ਕੰਮ ਨਹੀਂ ਬਣਦਾ, ਮੇਰੇ ਕੋਲ ਹਰ ਕੋਈ ਮੇਰੇ ਤੋਂ ਨਫ਼ਰਤ ਕਰਦਾ। ਕੀ ਕਰਦੇ ਹੋ? ਨੌਕਰੀ ਮੈਂ ਫਰੀ ਹਾਂ ਜੀ, ਮੇਰਾ 2-3 ਮਹੀਨੇ ਤੋਂ ਕੰਮ ਰੁਕਿਆ ਹੋਇਆ ਜੀ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਅਸੀਂ ਜੀ ਘੁੰਗਰਾਲੀ ਰਾਜਪੁਤਾਂ ਤੋਂ ਬੋਲਦੇ ਹਾਂ ਜੀ। ਅੱਛਾ ਜੀ। ਹਾਂਜੀ, ਖੰਨੇ ਦੇ ਨਾਲ ਹੀ ਹੈ ਜੀ, ਚਾਹ ਪੈ। ਇੱਕ ਗੱਲ ਸੁਣੋ। ਹਾਂਜੀ। ਜਦੋਂ ਅਸੀਂ ਗੁਆਂਢੀਆਂ ਦੇ ਕੰਮ ਤੇ ਦੂਜਿਆਂ ਦੇ ਕੰਮ ਕਰਾਂਗੇ ਨਾ, ਹਾਂਜੀ, ਤੇ ਫ੍ਰੀ ਦਾ ਨੌਕਰ ਤਾਂ ਹਰੇਕ ਹੀ ਜਾਂਦਾ ਮਿਲ ਜੇ। ਹਾਂਜੀ। ਤੁਸੀਂ ਆਪਦੀ ਮਸਤੀ ਚ ਹੋ ਜਾਓ, ਮਾਤਾ ਪਿਤਾ ਦੇ ਪੈਰੀ ਹੱਥ ਲਾਣੇ, ਹਾਂਜੀ, ਮਛਲੇ ਨੂੰ ਆਟਾ ਪਾਣਾ ਕਦੇ ਕਦੇ, ਹਾਂਜੀ, ਸੌਂਫ ਖਾਣੀ ਕਦੇ ਕਦੇ, ਮਛਲੇ ਨੂੰ ਆਟਾ ਪਾਣਾ ਅੱਗੇ ਕੀ ਜੀ, ਸੌਂਫ ਖਾਣੀ ਕਦੇ ਕਦੇ, ਹਾਂਜੀ, ਆਵਾਰਾ ਗਰਦੀ ਨਹੀਂ ਕਰਨੀ। ਠੀਕ ਹੈ ਜੀ। ਹੁਣ ਤੁਸੀਂ ਕਹਿੰਦੇ ਮੇਰੇ ਨਾਲ ਨਫ਼ਰਤ ਕਰਦਾ ਕੋਈ,
ਪਹਿਲੇ ਨੰਬਰ ਤੇ ਇਹ ਹੈ ਕਿ ਤੁਹਾਡੇ ਨਫ਼ਰਤ ਕਰਦਿਆਂ ਨੂੰ ਸਿਰਫ 8 ਤੋਂ 10 ਮਹੀਨੇ ਹੋਏ ਹਰੇਕ ਬੰਦਾ ਕਰਦਾ ਪਿਆ। ਹਾਂਜੀ, ਪਹਿਲੇ ਕਿਉਂ ਨਹੀਂ ਕਰਦਾ ਸੀ ਕੋਈ? ਪਹਿਲਾਂ ਪਤਾ ਨਹੀਂ ਕੀ ਗੱਲ ਹੈ ਜੀ, ਮੈਨੂੰ ਸਮਝ ਨਹੀਂ ਆ ਰਹੀ। ਲੇਕਿਨ ਮੇਰੀ ਗੱਲ ਤਾਂ ਸੁਣੋ, ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ। ਹਾਂਜੀ, ਪਹਿਲੇ ਨਹੀਂ ਕੋਈ ਨਫ਼ਰਤ ਕਰਦਾ ਸੀ, ਪਹਿਲੇ 8 10 ਮਹੀਨਿਆਂ ਤੋਂ ਕਰਨ ਲੱਗਿਆ ਹਰੇਕ ਬੰਦਾ। ਹਾਂਜੀ, ਜਿਹਦੇ ਨਾਲ ਬਹਿ ਜਾ, ਜਿਹਦੇ ਘਰੇ ਚਲੇ ਜਾ, ਉਹਨੇ ਦੂਜੀ ਵਾਰੀ ਘਰੇ ਨਹੀਂ ਵਾੜਨਾ। ਹਾਂਜੀ, ਇਹਦੇ ਚ ਦੱਸੋ ਕਸੂਰ ਕਿਹਦਾ ਹੈ? ਮੈਂ ਮੰਨ ਲਿਆ ਇੱਕ ਬੰਦਾ, ਦੋ ਬੰਦੇ, ਤਿੰਨ ਬੰਦੇ, ਹਰੇਕ ਬੰਦਾ ਕਿਉਂ ਭਜਦਾ ਪਿਆ? ਹਾਂਜੀ, ਕਸੂਰ ਤਾਂ ਤੁਹਾਡੇ ਚ ਹੈਗਾ ਨਾ ਕੋਈ? ਹਾਂਜੀ, ਤੁਸੀਂ ਦਹੀਂ ਮਲ ਕੇ ਨਹਾਣਾ। ਹਾਂਜੀ, ਇੱਕ ਕਿਸੇ ਦੇ ਕੋਲੇ ਜਾ ਕੇ ਫਾਲਤੂ ਨਹੀਂ ਬੋਲਣਾ। ਆਪਦੀ ਮਸਤੀ ਚ ਹੋ ਜਾਓ। ਕੋਈ ਬੰਦਾ ਕਹਿੰਦੇ ਮੇਰੇ ਘਰੇ ਆ ਜਾ ਯਾਰ ਅੰਦਰ, ਉਹਨਾਂ ਦੇ ਘਰੇ ਨਹੀਂ ਜਾਣਾ। ਹਾਂਜੀ, ਤੇ ਤੁਸੀਂ ਮੇਰੇ ਅਪਾਏ ਡੇਢ ਮਹੀਨਾ ਕਰ ਲਓ। ਹਾਂਜੀ, ਤੇ ਜਿੰਨੇ ਬੰਦੇ ਨਹੀਂ ਤੁਹਾਨੂੰ ਬੁਲਾਉਂਦੇ, ਜੇ ਸਾਰੇ ਨਾ ਬੁਲਾਉਣ ਲੱਗੇ ਮੈਨੂੰ ਫੜ ਲਈ। ਹਾਂਜੀ, ਦਹੀਂ ਮਲ ਕੇ ਕਦੇ ਕਦੇ ਨਹਾਣਾ। ਹਾਂਜੀ, ਮਛਲੇ ਨੂੰ ਆਟਾ ਪਾਣਾ। ਹਾਂਜੀ, ਸਿੰਪਲ ਉਪਾਅ ਦੱਸੇ ਤੁਸੀਂ ਕਰੋ। ਹਾਂਜੀ, ਤੁਹਾਨੂੰ ਫਾਇਦਾ ਹੋਊਗਾ। ਜੇ ਫਾਇਦਾ ਹੋ ਜਾਏ ਤੇ ਘਿਓ ਤੇ ਰੂਹ ਦਾ ਦਾਨ ਸ਼ੁੱਕਰਵਾਰ ਨੂੰ ਫਿਰ ਇੱਕ ਵਾਰ ਦੇ ਦਿਓ ਧਾਰਮਿਕ ਸਥਾਨ ਤੇ। ਠੀਕ ਹੈ, ਜੈ ਸ਼੍ਰੀ ਰਾਮ। ਹੈਲੋ, ਹੈਲੋ, ਹਾਂਜੀ ਹਾਂਜੀ, ਮੈਂ ਕਾਨਪੁਰ ਤੋਂ ਬੋਲ ਰਹੀ ਹਾਂ। ਆਪਣੇ ਬੇਟੇ ਵਾਸਤੇ ਪੁੱਛਣਾ ਸੀ। ਡੇਟ ਔਰ ਟਾਈਮ ਦੱਸੋ। ਹਾਂਜੀ, 1/9/2000 ਸ਼ਾਮੀ 5:10 1/9/2000 ਜਨਮ ਦਾ ਟਾਈਮ ਸ਼ਾਮੀ 5:10 ਕੀ ਪੁੱਛਣਾ ਚਾਹੁੰਦੇ ਹੋ? ਬਸ ਉਹਦੀ ਪੜ੍ਹਾਈ ਦੇ ਬਾਰੇ ਹੀ ਪੁੱਛਣਾ ਹੈ, ਕੀ ਕਰੇਗਾ ਅੱਗੇ। 5:10 ਹਾਂਜੀ ਸ਼ਾਮੀ। ਦੇਖੋ ਜੀ, ਇਹ ਬੱਚਾ ਤੁਹਾਡਾ ਜਿਹੜਾ ਹੈ, ਪੁੱਠਾ ਦਿਮਾਗ ਜ਼ਿਆਦਾ ਚੱਲਦਾ, ਸਿੱਧਾ ਘੱਟ ਚੱਲਦਾ, ਪੜੂਗਾ ਨਹੀਂ ਉਹ। ਹਾਂਜੀ, ਜਿਹੜੀ ਮੇਨ ਗੱਲ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ, ਮੈਂ ਕਾਨਪੁਰ ਤੋਂ ਬੋਲ ਰਹੀ ਹਾਂ। ਬਹੁਤ ਔਖੇ ਹੋ ਤੁਸੀਂ ਇਹਦੇ ਵੱਲੋਂ, ਔਰ ਤੁਸੀਂ ਸੋਚੋਗੇ ਬੱਚਾ ਮਾੜਾ ਮੋਟਾ ਪੜ ਜੇ, ਕੋਈ ਨੌਕਰੀ ਜੋਗਾ ਹੋ ਜੇ। ਹਾਂਜੀ, ਪਰ ਇਹ ਤੁਹਾਡੀ ਜਾਨ ਖਾਊਗਾ। ਦੂਜੇ ਨੰਬਰ ਤੇ ਕੰਮ ਨੂੰ ਦੇਖ ਕੇ ਘਬਰਾ ਜਾਂਦਾ, ਜ਼ਿਆਦਾ ਕੰਮ ਨੂੰ ਦੇਖ ਕੇ ਜਮਾਂ ਡਰ ਜਾਂਦਾ, ਦਰਵਾਜ਼ਾ ਜ਼ੋਰ ਨਾ ਮਾਰੂਗਾ, ਪੈਰ ਜ਼ੋਰ ਨਾ ਮਾਰੂਗਾ। ਇੱਕ ਵਾਰੀ ਤੁਸੀਂ ਮੇਰੇ ਨਾਲ ਦਿਨ ਦੇ ਟਾਈਮ ਗੱਲ ਕਰੋ, ਨਹੀਂ ਤਾਂ ਬੱਚਾ ਤੁਹਾਨੂੰ ਬਹੁਤ ਪਰੇਸ਼ਾਨ ਕਰੂਗਾ। ਕਦੋਂ ਗੱਲ ਕਰ ਲਈਏ? ਤੁਸੀਂ ਦਿਨ ਦੇ ਟਾਈਮ ਗੱਲ ਕਰੋ ਤੇ ਇਹ ਬੱਚਾ ਤੁਹਾਨੂੰ ਪਰੇਸ਼ਾਨ ਕਰੂਗਾ, ਨਹੀਂ ਤਾਂ ਅਪ੍ਰੈਲ ਤੋਂ ਬਾਅਦ ਜ਼ਿਆਦਾ ਪਰੇਸ਼ਾਨ ਕਰੂਗਾ। ਪੁਰਾਣੇ ਜਿੰਨੇ ਸਾਡੇ ਬੰਦੇ, ਉਹਨਾਂ ਨੂੰ ਤਾਂ ਸਾਡੇ ਸਾਰੇ ਸੰਪਰਕ ਨੰਬਰ ਪਤਾ ਹੀ ਹੁੰਦਾ ਹੈ। ਜਦੋਂ ਆਉਣਾ ਹੁੰਦਾ ਹੈ ਤਕਰੀਬਨ ਸਾਨੂੰ ਹਰੇਕ ਬੰਦਾ ਮਿਲ ਹੀ ਲੈਂਦਾ ਹੈ। ਔਰ ਅੱਜ ਸਾਡਾ ਸਮਾਂ ਸਮਾਪਤ ਹੋ ਚੱਲਿਆ, ਕੱਲ ਐਸੇ ਚੈਨਲ ਤੇ ਫਿਰ ਮਿਲਾਂਗੇ। ਅੱਜ ਸਾਨੂੰ ਦੋ ਇਜਾਜ਼ਤ। ਜੈ ਸ਼੍ਰੀ ਰਾਮ।